ਯੂਟਿਊਬ ਚੈਨਲ ਲਾਂਚ ਕਰਦੇ ਹੀ ਮਚਾਤੀ ਹਲਚਲ। 90 ਮਿੰਟਾਂ ਦੇ ਅੰਦਰ ਹੋ ਗਏ 1 ਮਿਲੀਅਨ ਸਬਸਕ੍ਰਾਈਬਰ। ਰੋਨਾਲਡੋ ਨੇ ਬਣਾਤਾ ਵਰਲਡ ਰਿਕਾਰਡ। 22 ਮਿੰਟਾਂ 'ਚ ਸਿਲਵਰ, 90 ਮਿੰਟਾਂ 'ਚ ਗੋਲਡ ਤੇ 12 ਘੰਟਿਆਂ 'ਚ ਡਾਇਮੰਡ ਪਲੇ ਬਟਨ। ਇਹ ਹੈ ਕ੍ਰਿਸਟੈਨੋ ਰੋਨਾਲਡੋ ਦਾ ਜਾਦੂ। ਰੋਨਾਲਡੋ ਫੁੱਟਬਾਲ ਦੇ ਮੈਦਾਨ ਤੇ ਰਿਕਾਰਡ ਤੋੜਨ ਲਈ ਜਾਣੇ ਜਾਂਦੇ ਨੇ, ਪਰ 39 ਸਾਲਾ ਖਿਡਾਰੀ ਨੇ ਬੀਤੇ ਦਿਨ ਆਪਣੇ ਯੂਟਿਊਬ ਚੈਨਲ ਨੂੰ ਲਾਂਚ ਕੀਤਾ ਤੇ ਇੱਥੇ ਵੀ ਸਾਰੇ ਰਿਕਾਰਡ ਤੋੜ ਦਿੱਤੇ। ਰੋਨਾਲਡੋ ਨੇ 90 ਮਿੰਟਾਂ ਦੇ ਅੰਦਰ ਯੂਟਿਊਬ ਤੇ ਸਭ ਤੋਂ ਤੇਜ਼ੀ ਨਾਲ 1 ਮਿਲੀਅਨ ਸਬਸਕ੍ਰਾਈਬਰ ਹਾਸਲ ਕਰਨ ਦਾ ਰਿਕਾਰਡ ਬਣਾਇਆ। 12 ਘੰਟਿਆਂ ਦੇ ਅੰਤ 'ਚ ਉਹਨਾਂ ਦੇ ਚੈਨਲ ਨੇ ਡਾਇਮੰਡ ਪਲੇ ਬਟਨ ਦੇ ਮਾਪਦੰਡ ਵੀ ਪੂਰੇ ਕਰ ਦਿੱਤੇ। ਰੋਨਾਲਡੋ ਦੇ ਪ੍ਰਸ਼ੰਸਕ ਕਾਫੀ ਦੇਰ ਤੋਂ ਮੰਗ ਕਰ ਰਹੇ ਸਨ ਕਿ ਉਹ ਆਪਣਾ ਯੂਟਿਊਬ ਚੈਨਲ ਬਣਾਉਣ, ਤੇ ਰੋਨਾਲਡੋ ਨੇ ਆਪਣਾ ਯੂਟਿਊਬ ਚੈਨਲ ਲਾਂਚ ਕੀਤਾ ਜਿਸਦਾ ਨਾਂ UR ਕ੍ਰਿਸਟੈਨੋ ਰੱਖਿਆ, ਜਿੱਥੇ ਜਦੋਂ ਉਹਨਾਂ ਨੇ ਇਸ ਚੈਨਲ ਨੂੰ ਲਾਂਚ ਕੀਤਾ ਮੰਨੋ ਜਿਵੇਂ ਸਬਸਕ੍ਰਾਈਬਰਾਂ ਦਾ ਹੜ ਆ ਗਿਆ ਹੋਵੇ। ਆਪਣੇ ਫੈਨਸ ਦੇ ਲਈ ਰੋਨਾਲਡੋ ਨੇ ਹੁਣ ਤੱਕ 12 ਵੀਡੀਓਸ ਤੇ 7 ਸ਼ਾਰਟਸ ਨੂੰ ਅਪਲੋਡ ਕੀਤਾ ਜਿਨ੍ਹਾਂ ਦੇ ਮਿਲੀਅਨਸ 'ਚ ਵਿਊ ਨੇ, ਤੇ ਖਬਰ ਦੱਸੇ ਜਾਣ ਤੱਕ ਕ੍ਰਿਸਟੈਨੋ ਰੋਨਾਲਡੋ ਦੇ ਚੈਨਲ ਤੇ 32 ਮਿਲੀਅਨ ਸਬਸਕ੍ਰਾਈਬਰ ਹੋ ਗਏ ਨੇ ਤੇ ਇਹ ਸਬਸਕ੍ਰਾਈਬਰ ਲਗਾਤਾਰ ਵਧਦੇ ਹੀ ਜਾ ਰਹੇ ਨੇ। ਜਦੋਂ ਯੂਟਿਊਬ ਦੇ ਵੱਲੋਂ ਰੋਨਾਲਡੋ ਨੂੰ ਉਹਨਾਂ ਦਾ ਗੋਲਡਨ ਪਲੇ ਬਟਨ ਭੇਜਿਆ ਗਿਆ ਤਾਂ ਉਹਨਾਂ ਨੇ ਇਸ ਖੁਸ਼ੀ ਨੂੰ ਆਪਣੇ ਪਰਿਵਾਰ ਦੇ ਨਾਲ ਸਾਂਝਾ ਕੀਤਾ। ਗੋਲਡਨ ਪਲੇ ਬਟਨ ਦੀ ਅਨਬੋਕਸਿੰਗ ਰੋਨਾਲਡੋ ਆਪਣੇ ਬੱਚਿਆਂ ਦੇ ਨਾਲ ਕਰਦੇ ਹੋਏ ਨਜ਼ਰ ਆਏ, ਜਿਸ ਦੀ ਵੀਡੀਓ ਨੂੰ ਵੀ ਉਹਨਾਂ ਨੇ ਆਪਣੇ ਯੂਟਿਊਬ ਤੇ ਅਪਲੋਡ ਕੀਤਾ। ਦੱਸਦੇ ਕਿ ਰੋਨਾਲਡੋ ਦਾ ਕਰੇਜ਼ ਹੁਣ ਯੂਟਿਊਬ ਤੇ ਵੀ ਦੇਖਣ ਨੂੰ ਮਿਲ ਰਿਹਾ। ਇਸ ਤੋਂ ਪਹਿਲਾਂ ਉਹ ਦੂਜੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਹਾਵੀ ਸਨ। ਜੇਕਰ ਟਵਿੱਟਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ 112.5 ਮਿਲੀਅਨ ਫੋਲੋਅਰਸ, ਜਦਕਿ ਫੇਸਬੁੱਕ ਤੇ 170 ਮਿਲੀਅਨ ਤੇ ਇੰਸਟਾਗ੍ਰਾਮ ਤੇ 636 ਮਿਲੀਅਨ ਫੋਲੋਅਰਸ ਨੇ। ਤੁਹਾਨੂੰ ਦੱਸ ਦਈਏ ਕਿ ਕੁੱਲ ਕਮਾਈ ਦੇ ਮਾਮਲੇ ਦੇ ਵਿੱਚ ਵੀ ਰੋਨਾਲਡੋ ਕਾਫੀ ਅੱਗੇ ਨੇ। ਉਹ ਦੁਨੀਆ ਦੇ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੇ ਐਥਲੀਟ ਨੇ। ਉਹ $1 ਬਿਲੀਅਨ ਤੋਂ ਵੱਧ ਕਮਾਈ ਕਰਨ ਵਾਲੇ ਪਹਿਲੇ ਫੁੱਟਬਾਲ ਖਿਡਾਰੀ ਵੀ ਨੇ ਤੇ ਹੁਣ ਯੂਟਿਊਬ ਦੇ ਨਾਲ ਵੀ ਰੋਨਾਲਡੋ ਦੀ ਕਮਾਈ ਲਗਾਤਾਰ ਵਧਦੀ ਹੋਈ ਨਜ਼ਰ ਆ ਰਹੀ ਹੈ।